ਪੰਜਾਬ ਦੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋਹਰ ਮਹਾਜਨ ਨੇ ਕਿਹਾ ਕਿ ਆਪ ਪਾਰਟੀ ਦਿੱਲੀ ਦੇ ਵਿੱਚ ਕੱਲ੍ਹ ਨੂੰ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨ ਜਾ ਰਹੀ ਹੈ। ਪੰਜਾਬ ਦੇ ਹਰ ਹਲਕੇ ਤੋਂ 500 ਪਾਰਟੀ ਦੇ ਵਰਕਰ ਉੱਥੇ ਪਹੁੰਚਣਗੇ ਔਰ ਜੋ ਧੱਕੇਸ਼ਾਹੀ ਈਡੀ ਵੱਲੋਂ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਕੀਤੀ ਜਾ ਰਹੀ ਹੈ ਉਸਦਾ ਜਵਾਬ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਦੇ ਲੋਕ ਦੇਣਗੇ। ਜਿਹੜੀ ਕੇਂਦਰ ਦੀ ਸਰਕਾਰ ਹੈ ਲਗਾਤਾਰ ਲੋਕਾਂ 'ਤੇ ਜਿਹੜਾ ਧੱਕਾ ਕੀਤਾ ਜਾ ਰਿਹਾ ਉਸ ਨੂੰ ਦੇਸ਼ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ 4 ਕਰੋੜ ਰੁਪਏ ਪੰਜਾਬ ਦੇ ਅਧਿਕਾਰੀਆਂ ਕੋਲ ਈਡੀ ਨੇ ਬਰਾਮਦ ਕਰਕੇ ਕੱਲ੍ਹ ਦਿਖਾਇਆ ਹੈ ਤਾਂ ਉਸ 'ਤੇ ਉਹਨੇ ਕਿਹਾ ਕਿ ਈਡੀ ਆਪਣੇ ਨਾਲ ਕਿਸੇ ਰਿਪੋਰਟਰ ਨੂੰ ਲੈ ਕੇ ਜਾਵੇ ਤਾਂ ਹੀ ਤਾਂ ਉਸ ਨੂੰ ਸਾਬਿਤ ਕਰ ਸਕਦੀ ਹੈ। ਜੇ 5 ਕਰੋੜ ਦਿਖਾ ਦਿਓ, ਜੇ 50 ਕਰੋੜ ਦਿਖਾ ਦਿਓ, ਜਿੰਨਾ ਮਰਜ਼ੀ ਦਿਖਾ ਸਕਦੀ ਹੈ। ਇਹ ਵੀ ਉਹਨਾਂ ਨੇ ਆਰੋਪ ਲਾਏ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ 13 ਸੀਟਾਂ 'ਤੇ ਆਪ ਪਾਰਟੀ ਜੀਤ ਦਰਜ ਕਰੇਗੀ। ਜਦ ਵਿਅਕਤੀ ਦੂਜੀ ਪਾਰਟੀ ਜਾਂਦੇ ਚੋਣਾਂ ਦੇ ਸਮੇਂ 'ਤੇ ਇਸ ਤਰ੍ਹਾਂ ਹਰੇਕ ਪਾਰਟੀ ਦੇ ਵਿੱਚ ਕੁਛ ਲੋਕ ਆਪਣੇ ਨਿੱਜੀ ਸਵਾਰਥ ਦੇ ਲਈ ਦੂਜੀ ਪਾਰਟੀ 'ਚ ਜਾਂਦੇ ਹਨ, ਇਹ ਗੱਲ ਚੇਤਨ ਸਿੰਘ ਜੋੜਾ ਮਾਜਰੇ ਨੇ ਕਹੀ। ਲੇਕਿਨ ਪੰਜਾਬ ਦੇ ਲੋਕ, ਪੰਜਾਬ ਦੇ ਵੀ ਜਿਹੜਾ ਵਿਕਾਸ ਕਰ ਰਹੀ ਹੈ ਆਪ ਪਾਰਟੀ ਦੀ ਸਰਕਾਰ, ਲੋਕਾਂ ਦੇ ਜਿਹੜੇ ਬਿਜਲੀ ਮੁਫ਼ਤ ਦਿੱਤੀ ਜਾ ਰਹੀ ਹੈ ਆਮ ਲੋਕਾਂ ਨੂੰ, ਜੋ ਰਾਹਤ ਮਿਲੀ ਹੈ ਉਸ 'ਤੇ ਲੋਕ ਵੋਟ ਪਾਉਣਗੇ। ਫਸਟ, ਸੈਕੰਡ, ਥਰਡ ਪੁਜੀਸ਼ਨਾਂ ਲਈਆਂ ਨੇ ਉਹਨਾਂ ਨੂੰ ਮੁਬਾਰਕਬਾਦ ਦਿੰਦਾ। ਔਰ ਅਗਰਸੈਨ ਸਕੂਲ ਦੇ ਵਿੱਚ ਅਸੀਂ ਪਹੁੰਚੇ ਹਾਂ, ਇੱਥੇ ਦਾ ਜਿਹੜਾ ਰਿਜ਼ਲਟ ਹੈ 100% ਆਇਆ। ਸੋ ਸਾਰੇ ਬੱਚਿਆਂ ਨੂੰ, ਪੇਰੈਂਟਸ ਨੂੰ ਬਹੁਤ ਬਹੁਤ ਮੁਬਾਰਕਬਾਦ, ਸਾਰੇ ਸਕੂਲ ਦੇ ਜਿਹੜੇ ਟੀਚਰ ਸਾਹਿਬਾਨ ਨੇ ਉਹਨਾਂ ਨੂੰ ਮੁਬਾਰਕਬਾਦ, ਪ੍ਰਿੰਸੀਪਲ ਸਾਹਿਬ ਨੂੰ ਮੁਬਾਰਕਬਾਦ, ਔਰ ਜਿਹੜੀ ਅਗਰਵਾਲ ਸਭਾ ਦੀ ਜਿਹੜੀ ਕਮੇਟੀ ਹੈ ਉਹਨਾਂ ਨੂੰ ਮੁਬਾਰਕਬਾਦ, ਸਾਰੀ ਟੀਮ ਨੂੰ ਮੁਬਾਰਕਬਾਦ ਹੈ ਕਿ ਜਿਹੜਾ ਸਕੂਲ ਦੇ ਵਿੱਚ ਚੰਗੇ ਟੀਚਰ ਸਾਹਿਬਾਨ ਪੜ੍ਹਾ ਰਹੇ ਨੇ ਔਰ ਬੱਚੇ ਉੱਚ ਤਾਲੀਮ ਜਿਹੜੀ ਹਾਸਲ ਕਰ ਰਹੇ ਨੇ, ਜਿਹਦੇ ਨਾਲ ਆਪਣਾ ਭਵਿੱਖ ਬਣਾਉਣ ਵਾਸਤੇ ਉਹਨਾਂ ਨੇ ਜਿਹੜਾ ਪੜ੍ਹਾਈ ਕਰ ਰਹੇ ਨੇ। ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਇਸ ਸਕੂਲ ਦੇ ਵਿੱਚੋਂ ਜਿਹੜੇ ਬੱਚੇ ਨਿਕਲ ਕੇ ਜਾਣਗੇ ਉਹ ਚੰਗੀਆਂ ਪੁਜੀਸ਼ਨਾਂ ਲੈਣਗੇ ਦੇਸ਼ ਦੇ ਵਿੱਚ। ਅਤੇ ਜਿਸ ਤਰ੍ਹਾਂ ਅਭਿਆਨ ਚਲਾਇਆ ਕੱਲ੍ਹ ਨੂੰ ਦਿੱਲੀ 'ਚ ਪ੍ਰਦਰਸ਼ਨ ਹੋਣ ਜਾ ਰਿਹਾ, ਪੰਜਾਬ ਤੋਂ ਕਿੰਨੇ ਕੁ ਵਰਕਰ ਜਾ ਰਹੇ ਹੈ? ਦੇਖੋ, ਹਰ ਹਲਕੇ ਦੇ ਵਿੱਚੋਂ ਘੱਟੋ ਘੱਟ 500 ਤੋਂ ਲੈ ਕੇ 1000 ਤੱਕ ਜਿਹੜੇ ਵਰਕਰ ਨੇ ਜਿਹੜੇ ਦਿੱਲੀ ਦੇ ਵਿਖੇ ਜਾ ਰਹੇ ਨੇ। ਲੱਖਾਂ ਦਾ ਲੋਕਾਂ ਦਾ ਉੱਥੇ ਇਕੱਠ ਜਿਹੜਾ ਹੋਣਾ, ਕਿਉਂਕਿ ਕੇਂਦਰ ਵੱਲੋਂ ਜੋ BJP ਵੱਲੋਂ ਜੋ ਸ਼ੜਯੰਤਰ ਰਚਿਆ ਜਾ ਰਿਹਾ, ਇੱਕ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਦਬਕਾ ਕੇ ਜਿਹੜਾ ਅਰੈਸਟ ਕੀਤਾ ਜਾ ਰਿਹਾ। ਹਾਲਾਂਕਿ ਉਹਨਾਂ ਦੇ ਵਿੱਚ ਅੱਜ ਤੱਕ ਜਿਹੜੇ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂ ਸਾਹਿਬਾਨ ਅਰੈਸਟ ਕੀਤੇ ਹੋਏ ਨੇ, ਉਹਨਾਂ ਦੇ ਖਿਲਾਫ ਕੋਈ ਕੇਸ ਆਪਣਾ ਕੁਛ ਸਬੂਤ ਨਹੀਂ ਮਿਲ ਸਕੇ, ਕੁਛ ਨਿਕਲਿਆ ਕੁਛ ਨਹੀਂ। ਫਿਰ ਵੀ ਕਿਤੇ ਨਾ ਕਿਤੇ ਜਿਹੜੀ ਵੋਟਾਂ ਜਿਹੜੀਆਂ ਹੁਣ ਆ ਰਹੀਆਂ 2024 ਦੀਆਂ, ਉਹਨਾਂ ਤੋਂ ਲੋਕਾਂ ਨੂੰ ਦਬਕਾਉਣ ਵਾਸਤੇ ਜਿਹੜੇ ਹੱਥਕੰਡੇ ਨੇ ਉਹ BJP ਵੱਲੋਂ ਅਪਣਾਏ ਜਾ ਰਹੇ। ਜਿਸ ਤਰ੍ਹਾਂ UNA ਦਾ ਕਹਿਣ ਦਾ ਮਤਲਬ ਇਹੀ ਹੈ, ਜਿਹੜਾ ਕਿਸੇ ਸਟੇਟ ਦੇ ਮੁੱਖ ਮੰਤਰੀ ਨੂੰ ਜਿਹੜਾ ਅਰੈਸਟ ਕਰਨਾ, ਇਹ ਕਿਤੇ ਨਾ ਕਿਤੇ ਜਿਹੜੀ ਵੋਟ ਨੂੰ ਪ੍ਰਭਾਵਿਤ ਕਰਨ ਵੱਲ ਜਿਹੜਾ ਇਸ਼ਾਰਾ UNO ਵੱਲੋਂ ਕੀਤਾ ਗਿਆ, ਕਿਉਂਕਿ ਇੱਕ ਦਬਾਅ ਦੇ ਵਿੱਚ ਜਿਹੜਾ ਵੋਟਾਂ ਨੇ ਉਹਨਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਜਿਹੜਾ ED ਦਾ ਸਹਾਰਾ ਲੈ ਕੇ BJP ਵੱਲੋਂ ਕੀਤਾ ਜਾ ਰਿਹਾ, ਜਿਹੜਾ ਅਤੀ ਨਿੰਦਨੀ ਹੈ। ਕਿਉਂਕਿ ਇਹ ਜੋ ਇਲੈਕਸ਼ਨ ਦਾ ਟਾਈਮ ਆ, ਉਦੋਂ ED ਕੱਢ ਕੇ ਦੇਖੋ ਕਿਵੇਂ ਜ਼ੋਰ ਜ਼ਬਰਦਸਤੀ ਨਾਲ ਜਿਹੜੇ ਹੈਗਾ ਲੀਡਰਾਂ ਨੂੰ ਜਿਹੜਾ BJP ਦੇ ਵਿੱਚ ਜੁਆਇਨ ਕਰਾਇਆ ਜਾ ਰਿਹਾ, ਜਿਹੜਾ ਕਿਤੇ ਨਾ ਕਿਤੇ ਸਾਡੇ ਜਿਹੜਾ ਲੋਕਤੰਤਰ ਵਾਸਤੇ ਉਹ ਬਹੁਤ ਇੱਕ ਮਤਲਬ ਕਿ ਖਤਰਨਾਕ ਜਿਹੜਾ ਸਾਬਤ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ। ਜਦੋਂ ਵੀ ਕੋਈ ਇਲੈਕਸ਼ਨ ਦਾ ਦੌਰ ਚੱਲਦਾ ਤਾਂ ਉਦੋਂ ਜਿਹੜਾ ਕਿਸੇ ਨੇ ਉੱਧਰ ਜਾਣਾ, ਕਿਸੇ ਉਹਨੇ ਉੱਧਰੋਂ ਇੱਧਰ ਆਉਣਾ, ਇਹ ਤਾਂ ਲਗਾਤਾਰ ਚੱਲਦਾ ਹੀ ਰਹਿੰਦਾ। ਬਾਕੀ ਜਿਹੜਾ ਬੰਦਾ ਸਟੈਬਲ ਰਹਿੰਦਾ ਉਹ ਹਮੇਸ਼ਾ ਅੱਗੇ ਵੱਧਦਾ। ਵੈਸੇ ਤਾਂ ਐਕਸਾਈਜ਼ ਪਾਲਿਸੀ 'ਚ ਘਪਲਾ ਹੋਇਆ ਨਹੀਂ, ਪੰਜਾਬ ਦੇ ਵਿੱਚ ਵੀ ਐਤਕੀ ਦਾ ਜਿਹੜਾ ਰੈਵਨਿਊ ਆ 10,000 ਕਰੋੜ ਤੋਂ ਉੱਤੇ ਆ। ਮੈਂ ਤੁਹਾਡੇ ਮਾਧਿਅਮ ਰਾਹੀਂ ਪੁੱਛਣਾ ਚਾਹੁੰਦਾ ਪਿਛਲੀਆਂ ਸਰਕਾਰਾਂ ਨੂੰ, ਉਹ ਪੰਜਾਬ ਦੇ ਵਿੱਚ ਦੱਸਣ ਕਿ ਕਿੰਨਾ ਰੈਵਨਿਊ ਉਹਨਾਂ ਨੇ ਇਕੱਤਰਿਤ ਕੀਤਾ। ਇਹ ਪਹਿਲੀ ਸਰਕਾਰ ਹੈ ਜਿਹੜੀ ਰੈਵਨਿਊ 10,000 ਕਰੋੜ ਦੇ ਪਲੱਸ ਲੈ ਕੇ ਜਾ ਰਹੀ ਹੈ, ਔਰ ਉਸੇ ਤਰਜ਼ 'ਤੇ ਦਿੱਲੀ ਦੇ ਵਿੱਚ ਜਿਹੜੀ ਐਕਸਾਈਜ਼ ਪਾਲਿਸੀ ਆ ਉਹ 'ਚ ਚੰਗਾ ਜਿਹੜਾ ਹੈਗਾ ਪ੍ਰੋਫਿਟ ਸਰਕਾਰ ਨੂੰ ਜਿਹੜਾ ਮਿਲਿਆ, ਰੈਵਨਿਊ ਮਿਲਿਆ। ਦਿੱਲੀ ਦੇ ਵਿੱਚ ਸਰਕਾਰ ਇੰਨੀਆਂ ਲੋਕਾਂ ਨੂੰ ਸਹੂਲਤਾਂ ਦੇਣ ਦੇ ਬਾਵਜੂਦ ਵੀ ਜਿਹੜੀ ਵਾਧੇ 'ਚ ਜਾ ਰਹੀ ਆ, ਬਜਟ ਵਾਧੇ 'ਚ ਜਾ ਰਿਹਾ, ਤਾਂ ਉਹਦਾ ਮਤਲਬ ਕੀ ਹੈ? ਇਮਾਨਦਾਰ ਸਰਕਾਰ। ਇਹ ਕਿਤੇ ਨਾ ਕਿਤੇ BJP ਨੂੰ ਹਜ਼ਮ ਨਹੀਂ ਆ ਰਿਹਾ, ਕੇਂਦਰ ਨੂੰ ਹਜ਼ਮ ਨਹੀਂ ਆ ਰਿਹਾ, ਕਿਉਂਕਿ ਕੇਂਦਰ ਦੇ ਵਿੱਚ
ਪਿਛਲੇ 10 ਸਾਲਾਂ ਤੋਂ ਸਰਕਾਰ ਹੋਣ ਦੇ ਬਾਵਜੂਦ ਦਿੱਲੀ ਦੇ ਵਿੱਚ ਜਿਹੜੀ ਯੂਨੀਅਨ ਟੈਰੀਟਰੀ ਆ ਉਹਦੇ ਵਿੱਚ ਉਹ ਆਪਣੀ ਸਰਕਾਰ ਨਹੀਂ ਬਣਾ ਸਕੇ, ਇਸ ਕਰਕੇ ਦਹਥੜੇ ਮਾਰਦੇ ਫਿਰਦੇ ਨੇ। ਸੋ ਇਸ ਕਰਕੇ ਉਹਨਾਂ ਦੇ ਹੱਥ ਆਉਣਾ ਕੁਛ ਨਹੀਂ ਹੈਗਾ। ਦਿੱਲੀ ਦੇ ਲੋਕ ਵੀ ਜਾਗਰੂਕ ਨੇ, ਦੇਸ਼ ਦੇ ਲੋਕ ਵੀ ਜਾਗਰੂਕ ਨੇ। ਜੋ ਈਡੀ ਦੇ ਨਾਂ 'ਤੇ ਲੋਕਾਂ ਨੂੰ ਹੈਰਾਨ ਕੀਤਾ ਜਾ ਰਿਹਾ, ਲੋਕਾਂ ਨੂੰ ਧਮਕਾ ਧਮਕਾ ਕੇ ਜੁਆਇਨ ਕੀਤਾ ਜਾ ਰਿਹਾ ਬੀਜੇਪੀ ਦੇ ਵਿੱਚ, ਉਹ ਕਿਤੇ ਨਾ ਕਿਤੇ ਇਸ ਪਾਸੇ ਵੱਲ ਇਸ਼ਾਰਾ ਕਰਦਾ ਕਿ ਇਹ ਜਿਹੜੀ ਰਾਜਨੀਤੀ ਹੈ ਇਹ ਧੱਕੇ ਦੀ ਰਾਜਨੀਤੀ ਜਿਹੜੀ ਬੀਜੇਪੀ ਅਪਣਾ ਰਹੀ ਹੈ। ਮੈਂ ਤੁਹਾਡੇ ਮਾਧਿਅਮ ਜ਼ਰੀਏ ਪੁੱਛਣਾ ਚਾਹੁੰਦਾ, ਇਹ ਜਿਹੜੇ 4 ਕਰੋੜ ਰੁਪਈਆ ਤੁਸੀਂ ਦੱਸ ਰਹੇ ਹੋ ਜਿਹੜਾ ਫੜਿਆ ਗਿਆ, ਇਹ ਕੀ ਸਾਡੇ 'ਚ ਕੋਈ ਉੱਥੇ ਹੈਗਾ ਸੀ? ਉਹ ਜੋ ਮਰਜ਼ੀ ਕਹਿ ਦੇਣ, ਉਹ ਚਾਹੇ 20 ਕਰੋੜ ਕਹਿ ਦੇਣ, ਉਹਨਾਂ ਦੇ ਕਹਿਣ ਦਾ ਕੀ ਆ? ਜਾਂ ਤਾਂ ਹਕੀਕਤ ਤਾਂ ਸੀ, ਜੇ ਕਿਸੇ ਨੂੰ ਕੋਈ ਪ੍ਰੈਸ ਵਾਲੇ ਨੂੰ ਨਾਲ ਲੈ ਕੇ ਜਾਂਦੇ ਵੀ ਆਹ ਦੇਖੋ ਆਹ ਪੈਸਾ ਫੜਿਆ ਗਿਆ, ਬਾਹਰ ਆ ਕੇ ਉਹ ਚਾਹੇ 50 ਕਰੋੜ ਕਹਿ ਦੇਣ, ਉਹਨਾਂ ਨੂੰ ਕਿਹਨੇ ਕਿਸੇ ਨੂੰ ਕੋਈ ਪੁੱਛਣਾ ਥੋੜ੍ਹੀ ਆ। ਘਰ ਦਾ ਢੋਲ ਵਜਾਦਾ ਦੀ ਵਜਾਦਾ ਦੀ, ਘਰ ਦਾ ਈਡੀ ਘਰ ਦੀ ਈਡੀ ਹੈ, ਜੋ ਮਰਜ਼ੀ ਕਹੇ ਜਾਣ। ਸੋ ਇਸ ਕਰਕੇ ਇਹ ਕਿਤੇ ਨਾ ਕਿਤੇ ਜਿਹੜੀ ਜਿਹੜੇ ਲੀਡਰ ਨੇ ਉਹਨਾਂ ਦੀ ਬਾਂਹ ਮਰੋੜ ਕੇ ਜਿਹੜਾ ਬੀਜੇਪੀ ਦੇ ਵਿੱਚ ਜੁਆਇਨ ਕਰਾਇਆ ਜੀ। ਆਮ ਪਾਰਟੀ 13 ਦੀਆਂ 13 ਸੀਟਾਂ ਜਿਹੜੀਆਂ ਲੋਕ ਸਭਾ ਨੇ ਜਿੱਤੂਗੀ, ਕਿਉਂਕਿ ਬੀਜੇਪੀ ਦਾ ਜੋ ਹੁਣ ਅਸੀਂ ਦੇਖਣ ਜਾ ਰਹੇ ਹਾਂ ਦੇਸ਼ ਦੇ ਵਿੱਚ, ਉਹ ਬੀਜੇਪੀ ਦੇ ਖਿਲਾਫ਼ ਜਿਹੜੀ ਬਗਾਵਤ ਹੋ ਰਹੀ ਹੈ, ਕਿਉਂਕਿ ਜਿਸ ਘਟੀਆ ਦਰਜੇ ਦੀ ਰਾਜਨੀਤੀ ਜਿਹੜੀ ਬੀਜੇਪੀ ਵੱਲੋਂ ਅਪਣਾਈ ਜਾ ਰਹੀ ਆ ਉਹ ਤੋਂ ਸਾਰਾ ਦੇਸ਼ ਭਲੀ ਭਾਂਤ ਵਾਕਫ ਆ, ਔਰ ਉਹਦਾ ਜਿਹੜਾ ਵਿਦਰੋਹ ਹੈ ਉਹ ਇਹਦੇ ਵਿੱਚ ਕੱਢ ਕੇ ਦੇਣਗੇ ਬੀਜੇਪੀ ਦੇ ਖਿਲਾਫ਼। ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।